ਕੈਂਸਰ ਨੂੰ ਲੈ ਕੇ ਸਿੱਖਾਂ ਦੀ ਸਿਰਮੌਰ ਸੰਸਥਾ SGPC ਸਭ ਤੋਂ ਅੱਗੇ ਆ ਰਹੀ ਹੈ ਅਤੇ ਕੈਂਸਰ ਮਰੀਜ਼ਾਂ ਨੂੰ SGPC ਦੇ ਵੱਲੋਂ ਵਿੱਤੀ ਸਹਾਇਤਾ ਦੇਣ ਦੇ ਨਾਲ ਨਾਲ ਉਹਨਾਂ ਦੇ ਇਲਾਜ ਕਰਵਾਉਣ ਦੇ ਲਈ ਵੀ ਗੰਭੀਰ ਕਦਮ ਚੁੱਕੇ ਜਾ ਰਹੇ ਨੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕੀਤਾ SGPC ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ। ਬਡੂੰਗਰ ਅਨੁਸਾਰ ਪੰਜਾਬ ਵਿੱਚ ਲਗਾਤਾਰ ਕੈਂਸਰ ਮਰੀਜ਼ਾਂ ਦੀ ਤਾਦਾਦ ਵਧਦੀ ਜਾ ਰਹੀ ਹੈ ਅਤੇ ਲੋਕਾਂ ਦੇ ਕੋਲ ਇਲਾਜ ਲਈ ਪੈਸੇ ਨਹੀਂ, ਇਸ ਲਈ ਹੁਣ ਸ਼੍ਰੋਮਣੀ ਕਮੇਟੀ ਨੇ ਕੈਂਸਰ ਮਰੀਜ਼ਾਂ ਨੂੰ ਇਲਾਜ ਲਈ ਵਿੱਤੀ ਸਹਾਇਤਾ ਦੇਣ ਦਾ ਫੈਸਲਾ ਕੀਤਾ। ਪੰਜਾਬ ਦੇ ਲਈ ਹੁਣ ਸਭ ਤੋਂ ਵੱਡਾ ਸੰਕਟ ਜਿਹੜਾ ਕੈਂਸਰ ਬਣਦਾ ਜਾ ਰਿਹਾ। ਸ਼ੁਰੂ ਸ਼ੁਰੂ 'ਚ ਇਹ ਬਠਿੰਡੇ ਜ਼ਿਲ੍ਹੇ 'ਚ ਆਉਂਦਾ ਜਿਹੜਾ ਸੀਗਾ, ਹੁਣ ਇਸ ਪੰਜਾਬ ਸਾਰੇ ਪੰਜਾਬ ਵਿੱਚ ਵੀ ਜਿਹੜਾ ਕੈਂਸਰ ਦਾ ਜਿਹੜਾ ਬੋਲਬਾਲਾ ਹੋ ਰਿਹਾ। ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 8 ਕਰੋੜ ਰੁਪਇਆ ਪਹਿਲਾਂ ਵੰਡਿਆ, 6 ਕਰੋੜ ਰੁਪਇਆ ਹੋਣਾ ਸੀ ਜਿਹੜਾ ਮੈਂ ਪ੍ਰਧਾਨਗੀ ਕਾਲਜ 'ਚ ਵੰਡਿਆ ਗਿਆ। ਇਸ ਲਈ ਇਹਦੇ ਜਿਹੜੇ ਕੀ ਕਾਰਨ ਨੇ, ਉਹਨਾਂ ਦਾ ਇਲਾਜ ਕੀ ਹੋ ਸਕਦਾ, ਇਹ ਸਰਕਾਰ ਨੂੰ ਆਪ ਚਾਹੀਦਾ। ਆਪਣੇ ਕੋਲ ਸਰਕਾਰ ਕੋਲ ਬੜੇ ਵੱਡੇ ਵੱਡੇ ਮਹਿਕਮੇ ਨੇ, ਉਹਨਾਂ ਕੋਲ ਪੜਤਾਲ ਕਰੋ ਕਿ ਪੰਜਾਬ ਦੇ ਪਾਣੀ ਕਰਕੇ ਹੋ ਰਿਹਾ, ਪੰਜਾਬ ਦੇ ਪ੍ਰਦੂਸ਼ਣ ਕਰਕੇ ਹੋ ਰਿਹਾ, ਜੇ ਕੋਈ ਹੋਰ ਕਾਰਨ ਕਰਕੇ ਹੋ ਰਿਹਾ, ਖਾ ਪੀ ਰਿਹਾ ਉਹਨਾਂ ਕਰਕੇ ਹੋ ਰਿਹਾ।